ਕ੍ਰੋਸ ਬਾਉਂਡਰੀ ਕੋਚ। ਲਓ ਜੀ, ਹਾਂਗਕਾਂਗ ਦੇ ਵਿੱਚ ਦੁਬਾਰਾ ਐਂਟਰੀ ਤਾਂ ਹੋ ਗਈ ਪਰ ਚੰਗੀ ਖੱਜਲ ਖੁਆਰੀ ਕੀਤੀ ਉਹਨਾਂ ਨੇ 2 ਘੰਟੇ। ਸੋ ਇਸ ਕਰਕੇ ਟਾਈਮ ਲੱਗ ਗਿਆ ਜ਼ਿਆਦਾ। 3 ਨੰਬਰ 'ਤੇ ਜਾਣਾ ਆਪਾਂ, ਇੱਧਰ ਆ, ਇੱਧਰ ਇੱਧਰ ਵਾਰਤਾਲਾਪ ਸਾਰੀ ਵੀ ਕਿਵੇਂ ਖੱਜਲ ਖੁਆਰੀ ਹੋਈ ਅਤੇ ਕੀ ਕੁਛ ਪੁੱਛਿਆ ਅਤੇ ਕੀ ਕੁਛ ਕੀਤਾ, ਇਹ ਸਾਰਾ ਤੁਹਾਨੂੰ ਕਮਰੇ 'ਚ ਬਹਿ ਕੇ ਦੱਸਾਂਗੇ ਜਾ ਕੇ ਵੀ ਕੀ ਕੁਛ ਹੋਇਆ ਅਤੇ ਕੀ ਧਿਆਨ ਰੱਖਣਾ ਚਾਹੀਦਾ, ਇਹ ਗੱਲਾਂ ਬਾਤਾਂ ਆਪਾਂ ਕਰਾਂਗੇ ਕਮਰੇ 'ਚ ਜਾ ਕੇ। ਫਿਲਹਾਲ ਹੁਣ ਆਪਾਂ ਬੱਸ ਲਈਏ ਕਿਉਂਕਿ ਅੱਗੇ ਟ੍ਰੇਨ ਆ, ਉਹ ਵੀ ਨਾ ਲੰਘ ਜੇ, ਉੱਧਰ ਨੂੰ ਚੱਲ ਗਏ। ਇਹ ਆ ਗਿਆ ਵੱਡਾ ਪਾਰਕਿੰਗ ਬੇ, 3 ਨੰਬਰ 3 ਨੰਬਰ 3 ਨੰਬਰ ਬਾਈ, ਇੱਧਰ ਹੀ ਆ 3 ਨੰਬਰ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੁਸੀਂ ਜਿਵੇਂ ਦੇਖਿਆ ਪਿੱਛੇ ਵੀਡੀਓ ਦੇ ਵਿੱਚ ਵੀ ਆਪਾਂ ਹਾਂਗਕਾਂਗ ਪਹੁੰਚ ਗਏ ਸੀਗੇ ਮਕਾਓ ਤੋਂ। ਮਕਾਓ ਤੋਂ ਆਪਾਂ ਬੱਸ ਲਈ ਸੀਗੀ ਅਤੇ ਸਮੁੰਦਰ ਦੇ ਵਿੱਚ ਬਣੇ ਹੋਏ ਪੁਲ ਦੇ ਉੱਤੋਂ ਦੀ 55 ਕਿਲੋਮੀਟਰ ਦਾ ਸਫ਼ਰ ਕਰਕੇ ਆਪਾਂ ਹਾਂਗਕਾਂਗ ਪਹੁੰਚ ਗਏ। ਪਹਿਲਾਂ ਵੀ ਹਾਂਗਕਾਂਗ ਤੋਂ ਹੀ ਗਏ ਸੀਗੇ, ਹਾਂਗਕਾਂਗ ਦੀ ਆਪਣੇ ਕੋਲ ਹਾਂਗਕਾਂਗ ਦਾ ਵੀਜ਼ਾ ਸੀਗਾ ਆਪਣੇ ਕੋਲ, ਮਲਟੀਪਲ ਸੀਗਾ, ਅਤੇ ਆਪਾਂ ਦੁਬਾਰਾ ਫਿਰ ਮਕਾਓ ਤੋਂ ਹਾਂਗਕਾਂਗ ਆ ਗਏ ਵਾਪਸ। ਜਦੋਂ ਹਾਂਗਕਾਂਗ ਵਾਪਸ ਆਏ, ਜਿਵੇਂ ਵੀਡੀਓ 'ਚ ਤੁਹਾਨੂੰ ਦੱਸਿਆ ਵੀ ਖੱਜਲ ਖੁਆਰੀ ਬਹੁਤ ਹੋਈ, ਉਹ ਕੀ ਖੱਜਲ ਖੁਆਰੀ ਹੋਈ? ਇਹ ਹੋਈ ਵੀ ਜਦੋਂ ਅਸੀਂ ਇਮੀਗ੍ਰੇਸ਼ਨ ਕਾਊਂਟਰ 'ਤੇ ਆ ਕੇ ਦੁਬਾਰਾ ਹਾਂਗਕਾਂਗ ਲਈ ਇਮੀਗ੍ਰੇਸ਼ਨ ਕਰਵਾਉਣ ਲੱਗੇ ਤਾਂ ਕੀ ਹੋਇਆ, ਇਮੀਗ੍ਰੇਸ਼ਨ ਆਫਿਸਰ ਜਿਹੜੀ ਲੇਡੀ ਸੀਗੀ ਉਹਨੇ 2-4 ਸਵਾਲ ਪੁੱਛੇ ਵੀ ਕਿੱਥੋਂ ਆਏ ਹਾਂ, ਕਿੱਥੇ ਜਾਣਾ, ਕੀ ਕਰਨਾ, ਅਤੇ ਉਹਨੇ ਕੀ ਕੀਤਾ, ਸਾਨੂੰ ਇੱਕ ਬੰਦਾ ਉੱਥੋਂ ਆਪਦਾ ਇੰਪਲਾਈ ਹੋਰ ਬੁਲਾਇਆ ਅਤੇ ਉਹਨੇ ਸਾਨੂੰ ਕਮਰੇ ਦੇ ਵਿੱਚ ਵੱਖਰੇ ਤੌਰ 'ਤੇ ਸਾਨੂੰ ਲੈ ਗਏ। ਇੱਕ ਹਾਲ ਜਿਹਾ ਸੀਗਾ, ਛੋਟਾ ਜਿਹਾ ਮਿੰਨੀ ਹਾਲ ਜਿਹਾ, ਉੱਥੇ ਲੈ ਗਏ। ਉੱਥੇ ਸਾਡੇ ਜਾਂਦਿਆਂ ਨੂੰ ਪਹਿਲਾਂ ਹੀ 10-15 ਜਣੇ ਬੈਠੇ ਸੀਗੇ, ਅਸੀਂ ਵੀ ਉੱਥੇ ਬਹਿ ਕੇ ਜਾ ਕੇ, ਸਾਡੇ ਪਾਸਪੋਰਟ ਉਹਨਾਂ ਦੇ ਕੋਲ ਸੀਗੇ, ਅਤੇ 1.5 ਘੰਟੇ ਬਾਅਦ ਇੱਕ ਲੇਡੀ ਆਈ ਇਮੀਗ੍ਰੇਸ਼ਨ ਆਫਿਸਰ, ਉਹ ਆ ਕੇ ਸਾਨੂੰ ਇੱਕ ਹੋਰ ਵੱਖਰੇ ਕਮਰੇ 'ਚ ਲੈ ਗਈ, ਪਹਿਲਾਂ ਮੈਨੂੰ ਲੈ ਗਈ। ਉੱਥੇ ਲਿਜਾ ਕੇ ਉਹਨੇ ਮੈਨੂੰ ਸਵਾਲ ਜਵਾਬ ਕੀਤੇ ਵੀ ਤੁਸੀਂ ਕਿੱਥੋਂ ਆਏ ਹਾਂ, ਕਿੱਧਰ ਜਾਣਾ, ਕੀ ਕਰਨਾ, ਅਤੇ ਮੈਂ ਉਹਦੇ ਸਾਰੇ ਸਵਾਲਾਂ ਦੇ ਬਹੁਤ ਕੌਨਫੀਡੈਂਸ ਦੇ ਭਰੇ ਤਰੀਕੇ ਨਾਲ ਜਵਾਬ ਦਿੱਤੇ ਸਾਰੇ ਉਹਦੇ। ਉਹਨੂੰ ਮੈਂ, ਮੇਰੇ ਕੋਲ ਆਹ ਪੇਪਰ ਸੀਗੇ ਸਾਰੇ A to Z, ਮੇਰੇ ਕੋਲ ਆਹ ਸਾਰੇ ਪੇਪਰ ਸੀਗੇ, ਮੈਂ ਉਹਨੂੰ ਸਾਰੇ ਪੇਪਰ ਆਪਦੇ ਦਿਖਾਏ, ਪੂਰੀ ਬੁੱਕ ਬਣੀ ਹੋਈ ਸੀਗੀ ਇੰਨੇ ਪੇਪਰਾਂ ਦੀ। ਮੈਂ ਉਹਨੂੰ ਦਿਖਾਇਆ ਵੀ ਆਹ ਦੇਖੋ ਜੀ, ਮੇਰੀ ਆਹ ਬੁਕਿੰਗ ਆ, ਆਹ ਹੋਟਲ ਦੀ ਬੁਕਿੰਗ ਆ, ਆਹ ਮੇਰੀ ਫਲਾਈਟ ਦੀ ਕਨਫਰਮ ਬੁਕਿੰਗ ਆ, ਆਹ ਮੇਰੀ ਟ੍ਰੇਨ ਦੀ ਬੁਕਿੰਗ ਆ, ਆਹ ਮੇਰੀ ਫਲਾਨੀ ਚੀਜ਼ ਦੀ ਬੁਕਿੰਗ ਆ, ਮੈਂ ਸਾਰੀਆਂ ਆਹ ਫੈਰੀ ਦੀ ਬੁਕਿੰਗ ਆ, ਐਵਰੀਥਿੰਗ ਉਹਨੂੰ ਕਨਫਰਮਡ ਬੁਕਿੰਗ ਮੇਰੇ ਕੋਲ ਸੀਗੀਆਂ। ਮੈਂ ਇਕੱਲੀ ਬੁਕਿੰਗ ਉਹਨੂੰ ਦਿਖਾਈ, ਬੁਕਿੰਗ ਦਿਖਾ ਕੇ ਉਹਨੂੰ ਮੈਂ ਕਿਹਾ ਵੀ ਸਾਡਾ ਸਾਰਾ ਪਲੈਨ ਪਹਿਲਾਂ ਸੈੱਟ ਅਪ ਆ, ਅਸੀਂ ਇੱਥੇ ਇੱਥੇ ਘੁੰਮਣਾ, ਅਸੀਂ ਇੱਥੇ ਇੱਥੇ ਜਾਣਾ ਵਾ, ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਵੀ ਅਸੀਂ ਹਾਂਗਕਾਂਗ ਦੇ ਵਿੱਚ ਸੈਟਅਪ ਹੋਣਾ ਹੈ। ਚਲੋ, ਉਹਨੇ ਪੁੱਛਿਆ ਤੁਹਾਡੀ ਇਨਕਮ ਕਿੰਨੀ ਆ, ਤੁਸੀਂ ਕੀ ਕੰਮ ਕਰਦੇ ਹੋ, ਸਾਰਾ ਕੁਛ ਸਵਾਲ ਜਵਾਬ ਉਹਨੇ ਮੈਨੂੰ, ਕਾਫੀ ਸਵਾਲ ਜਵਾਬ ਪੁੱਛੇ, ਤੁਹਾਡੇ ਕੋਲ ਪੈਸੇ ਕਿੰਨੇ ਆ, ਮੈਂ ਕਿਹਾ ਕ੍ਰੈਡਿਟ ਕਾਰਡ ਪਏ ਆ, ਮੈਂ 10 ਕ੍ਰੈਡਿਟ ਕਾਰਡ ਉਹਦੇ ਮੂਹਰੇ ਰੱਖਤੇ, ਮਨੀ ਕਿੰਨੀ ਆ, ਮੈਂ ਕਿਹਾ ਮਨੀ ਆਹ ਸਾਡੇ ਕੋਲ ਇੰਨੀ ਕੁ ਮਨੀ ਆ ਅਤੇ ਬਾਕੀ ਅਸੀਂ ਉੱਥੇ ਅਰੇਂਜ ਕਰਾਂਗੇ। ਚਲੋ, ਇੱਦਾਂ ਦੇ ਸਾਰੇ ਸਵਾਲ ਜਵਾਬ ਹੋਏ ਅਤੇ ਫਿਰ ਉਹ ਆਪਦੇ
ਨਾਲ ਹੀ ਹਰਫੂਲ ਦੇ ਸਵਾਲ ਜਵਾਬ ਹੋਏ, ਇਹਦੇ ਵੀ ਪੁੱਛਿਆ ਵੀ ਕਿਹੜੀ ਕੰਪਨੀ ਜੋਬ ਕਰਦਾ, ਕੀ ਗੱਲਬਾਤ ਆ। ਅਤੇ ਮੈਂ ਉਹਨੂੰ ਕਿਹਾ ਵੀ ਆਹ ਮੇਰੇ ਵੀਜ਼ੇ ਦੇਖ ਲਓ, ਕੈਨੇਡਾ ਦਾ ਵੈਲਿਡ ਵੀਜ਼ਾ ਮੇਰੇ ਕੋਲ, ਨਿਊਜ਼ੀਲੈਂਡ, ਆਸਟ੍ਰੇਲੀਆ, ਸ਼ੈਨੇਗਨ, ਹੋਰ 20 ਮੁਲਕ ਘੁੰਮੇ ਆ ਮੈਂ, ਸਾਰੇ ਵੀਜ਼ੇ ਲੱਗੇ ਹੋਏ ਆ, ਅਤੇ ਤੁਸੀਂ ਹਲੇ ਵੀ ਇਹ ਗੱਲ ਸੋਚਦੇ ਆ ਵੀ ਅਸੀਂ ਇੱਥੇ ਰਵਾਂਗੇ। ਚਲੋ ਚਲੀ ਗਈ ਜੀ। ਫਿਰ ਉਹ ਅੱਧੇ ਪੌਣੇ ਘੰਟੇ ਬਾਅਦ ਵਾਪਸ ਆਈ, ਅਤੇ ਫਿਰ ਉਹਨਾਂ ਨੇ ਸਾਨੂੰ ਸਾਡੇ ਪਾਸਪੋਰਟ ਹੈਂਡਓਵਰ ਕੀਤੇ ਅਤੇ ਕਹਿੰਦੇ ਵੀ ਤੁਸੀਂ ਜਾਓ, ਠੀਕ ਆ ਸਾਡਾ ਸਾਰਾ ਕੁਛ। ਸੋ ਇਸ ਕਰਕੇ ਮੈਂ ਤੁਹਾਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਵੀ ਜਦੋਂ ਵੀ ਕਿਸੇ ਬਾਹਰਲੇ ਮੁਲਕ ਦੀ ਯਾਤਰਾ 'ਤੇ ਜਾਓ, ਜੇ ਤੁਹਾਡੀ ਮਨਸ਼ਾ ਸਹੀ ਆ ਤਾਂ ਇੱਕ ਤਾਂ ਘਬਰਾਓ ਨਾ, ਅੱਖ ਚ ਅੱਖ ਪਾ ਕੇ ਕੌਨਫੀਡੈਂਸ ਲੈਵਲ ਨਾਲ ਗੱਲ ਕਰੋ ਉਹਨਾਂ ਨਾਲ। ਬਾਕੀ ਤੁਹਾਡੇ ਕੋਲ ਪੂਰਾ ਪ੍ਰੀ ਪਲਾਨ ਤਿਆਰ ਹੋਣਾ ਚਾਹੀਦਾ ਵਾ, ਹਰ ਪੇਪਰ ਤੁਹਾਡੇ ਕੋਲ ਬੁੱਕਲੈਟ ਬਣ ਕੇ ਫੋਟੋ ਸਟੇਟ ਹੋ ਕੇ ਇਕੱਠੇ ਹੋਣੇ ਚਾਹੀਦੇ ਆ ਵੀ ਅਗਲੇ ਦੇ ਮੂਹਰੇ ਧਰ ਦਿਓ। ਨੰਬਰ 2, ਜਿਹੜੇ ਤੁਸੀਂ ਵੀਜ਼ਾ ਲੈਣ ਲੱਗੇ ਫਾਰਮ ਦੇ ਵਿੱਚ ਜਾਣਕਾਰੀ ਭਰੀ ਆ, ਉਸ ਨੂੰ ਟਿਪਸ 'ਤੇ ਹੋਣੀ ਚਾਹੀਦੀ ਆ ਵੀ ਬੰਦਾ ਐਂ ਪੁੱਛੇ ਅਤੇ ਐਂ ਨਾਲ ਦੀ ਨਾਲ ਸਵਾਲ ਜਵਾਬ ਆਵੇ ਤੁਹਾਨੂੰ। ਅਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੂੰ ਲੈ ਕੇ ਘਬਰਾਉਣਾ ਨਹੀਂ ਚਾਹੀਦਾ ਜੇ ਤੁਸੀਂ ਠੀਕ ਹੋ। ਜੇ ਤੁਸੀਂ ਵਾਕਈ ਭੱਜਣਾ ਵਾ ਫਿਰ ਗੱਲ ਚਲੋ ਵੱਖਰੀ ਆ। ਦੂਜੀ ਗੱਲ ਇਹ ਸੀਗੀ ਵੀ ਜਦੋਂ ਉਹਨੇ ਸਾਨੂੰ ਕਹਿਤਾ ਵੀ ਜਾਓ, ਅਸੀਂ ਇਹ ਸਾਰਾ ਦੇਖਿਆ ਵੀ ਉਹਨਾਂ ਨੇ ਫਿਰ ਸਾਡਾ ਜਾ ਕੇ ਵੀਜ਼ੇ ਵਾਲੀ ਫਾਈਲ ਖੋਲ੍ਹੀ, ਜਿਹੜੇ ਅਸੀਂ ਉੱਥੇ ਡਾਕੂਮੈਂਟ ਦਿੱਤੇ ਸੀ ਅਤੇ ਸਾਡੇ ਦੱਸਣ ਮੁਤਾਬਕ ਉਹ ਸਾਰੀ ਜਿਹੜੀ ਜਾਣਕਾਰੀ ਸੀ ਉਹ ਮਿਲਦੀ ਸੀ। ਸੋ ਮਿਲਦੀ ਕਰਕੇ ਸਾਡਾ ਟਾਈਮ ਤਾਂ ਜ਼ਰੂਰ ਖਰਾਬ ਹੋਇਆ, ਪਰ ਸਾਨੂੰ ਉਹਨਾਂ ਨੇ ਭੇਜ ਦਿੱਤਾ। ਅਸੀਂ ਪਹਿਲਾਂ ਹੀ ਟਾਈਮ ਲੈ ਕੇ ਚੱਲੇ ਸੀ। ਇੱਕ ਗੱਲ ਹੋਰ ਆ, ਸਮਾਂ ਲੈ ਕੇ ਚੱਲੋ। ਸਾਡੀ ਟ੍ਰੇਨ 5 ਵਜੇ ਸੀਗੀ ਅਤੇ ਅਸੀਂ ਉੱਥੇ 1:30 ਵਜੇ 1:30 ਵਜੇ ਪਹੁੰਚ ਗਏ ਸੀਗੇ। 2 ਘੰਟੇ ਉਹਨਾਂ ਨੇ ਸਾਡੇ ਖਰਾਬ ਕੀਤੇ, ਜਿਹੜਾ ਅਸੀਂ ਟਾਈਮ ਬਚਾ ਕੇ ਰੱਖਣਾ ਸੀ ਉਹ ਸਾਡਾ ਉੱਥੇ ਕੰਜ਼ਿਊਮ ਹੋ ਗਿਆ। ਫਿਰ ਵੀ ਅਸੀਂ ਟ੍ਰੇਨ ਬਹੁਤ ਸ਼ੋਰਟ ਟਾਈਮ 'ਤੇ ਫੜ ਲਈ ਆ। ਬਾਕੀ ਹੁਣ ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖੋ ਵੀ ਕਿੱਥੋਂ ਕਿੱਥੇ ਕੀ ਹੋਇਆ। ਧੰਨਵਾਦ ਜੀ। ਲਓ ਜੀ, ਪੁਲ ਦੇ ਉੱਤੋਂ ਪੁਲ ਦੇ ਉੱਤੋਂ ਦੀ ਪੁਲ ਕੱਢੇ ਪਏ ਆ, ਥੱਲੇ ਦੀ ਉੱਤੇ ਦੀ। ਇਹ ਕਿਹੜਾ ਅਮਰੀਕਾ ਤੋਂ ਘੱਟ ਆ, ਟੱਕਰ ਦੇ ਰਹੇ ਅਮਰੀਕਾ ਨੂੰ, ਹੈਗਾ ਤਾਂ ਸਮਾਨ ਚਾਈਨਾ ਦਾ ਸਾਰਾ। ਰਿਸੋਰਸ ਇੰਟਰਨੈਸ਼ਨਲ ਲੋਜਿਸਟਿਕ ਸੈਂਟਰ ਜਮਾਂ ਸ਼ਹਿਰ ਦੇ ਵਿੱਚ ਹੀ ਪੋਰਟ ਆ, ਵਿੱਚ ਹੀ ਏਅਰਪੋਰਟ ਆ ਅਤੇ ਵਿੱਚ ਹੀ ਸਾਰਾ ਕੁਛ ਆ, ਪੂਰਾ ਸ਼ਹਿਰ ਆ। ਪ੍ਰਬੰਧਾਂ ਦੀ ਕਿਸੇ ਪਾਸਿਓਂ ਕੋਈ ਵੀ ਕਮੀ ਨਹੀਂ ਗੀ। ਇਹ ਜਿਹੜੀ ਮਾਰਕੀਟ ਆ ਇਹ ਦੇਖਣ ਨੂੰ ਐਂ ਲੱਗਦੀ ਆ ਜਿਵੇਂ ਲੁਧਿਆਣੇ ਦੀ ਗਿੱਲ ਰੋਡ ਹੁੰਦੀ ਆ। ਹੁਣ ਥੋੜ੍ਹੀਆਂ ਜਿਹੀਆਂ ਦੁਕਾਨਾਂ ਲੰਘ ਗਈਆਂ, ਕੈਮਰਾ ਬਾਅਦ 'ਚ ਔਨ ਕੀਤਾ। ਪਿੱਛੇ ਸੀਗੇ ਹਾਰਡਵੇਅਰ, ਸਰੀਆ, ਗਾਡਰ, ਐਂਗਲ, ਪੱਤੀ, ਇਹੋ ਜਿਹਾ ਸਮਾਨ ਪਿਆ ਸੀ ਇੱਥੇ ਸਾਰੇ। ਸੋ ਇਸ ਕਰਕੇ ਇਹ ਸਾਰਾ ਹਾਰਡਵੇਅਰ ਏਰੀਆ ਲੱਗਦਾ। ਉਹ ਵੀ ਪਿੱਛੇ ਪੇਂਟ ਦੀ ਦੁਕਾਨ ਆ, ਡੂਲਕਸ ਦੇ ਪੇਂਟ ਪਏ ਆ। ਉਹ ਡੂਲਕਸ ਲੈਟਸ ਸੈਂਟਰ ਲਿਖਿਆ ਵਾ, ਮਤਲਬ ਸਾਰੇ ਰੰਗ ਆ ਹਰੇਕ ਦੇਸ਼ 'ਚ, ਪੂਰੇ ਲਾਉਂਦਾ ਉਹ। ਇਹ ਪੁਰਾਣਾ ਹੌਂਗਕੌਂਗ ਆ ਜੀ, ਪੁਰਾਣਾ ਪੁਰਾਣੇ ਹੌਂਗਕੌਂਗ ਦੀ ਦਿੱਖ ਸਾਨੂੰ ਆਪ ਹੀ ਪਤਾ ਲੱਗ ਜਾਣੀ ਆ। ਇਹ ਬਿਲਡਿੰਗਾਂ ਪੁਰਾਣੀਆਂ,
ਇੱਥੇ ਬਿਲਡਿੰਗਾਂ ਦੀ ਹਾਲਤ ਮਾੜੀ ਆ, ਰੈਨੋ ਰੋਨੋਵੇਸ਼ਨ ਚੱਲ ਰਹੀ ਹੈ। ਲਓ ਜੀ, ਮਕਾਓ ਤੋਂ ਚੱਲ ਕੇ ਹਾਂਗਕਾਂਗ ਕ੍ਰੋਸ ਬਾਰਡਰ 'ਤੇ ਖੱਜਲ ਖੁਆਰ ਹੋ ਕੇ ਅਤੇ ਸ਼ੰਘਾਈ ਸਟਰੀਟ ਹਾਂਗਕਾਂਗ ਪੁਰਾਣੇ ਹਾਂਗਕਾਂਗ ਦੇ ਵਿੱਚ ਆ ਗਏ ਹਾਂ। ਅਤੇ ਇੱਥੇ ਹੁਣ ਆਹ ਬੁੱਟੇ ਸਟਰੀਟ ਤੋਂ ਆਪਾਂ ਬੱਸ ਲਵਾਂਗੇ ਅਤੇ ਬੱਸ ਲੈ ਕੇ ਚੱਲਾਂਗੇ ਕੂਵਲੂਨ ਵੈਸਟ ਸਟੇਸ਼ਨ। ਆਹ ਵੇਖੋ ਪੁਰਾਣੇ ਪਲਾਈ ਦੀਆਂ ਦੁਕਾਨਾਂ, ਉਹ ਟਾਈਲਾਂ ਦੀਆਂ ਦੁਕਾਨਾਂ, ਉਹ ਰੰਗ ਦੀਆਂ ਦੁਕਾਨਾਂ, ਉਹ ਹੈਗਾ ਬਾਥ ਕਲੈਕਸ਼ਨ, ਆਹ ਵੁੱਡ ਦੀਆਂ, ਉਹ ਕੁੰਡੇ ਕਬਜ਼ਿਆਂ ਦੀਆਂ ਹਾਰਡਵੇਅਰ ਦੀਆਂ ਆ ਗਈਆਂ। ਸਾਰਾ ਬਾਜ਼ਾਰ ਜਾਣੀ ਆਪਣੇ ਵਰਗਾ ਇਹ ਪੁਰਾਣਾ। ਆ ਗਈ ਬੱਸ 701A, ਇਹ ਨਹੀਂ ਜਾਣਾ ਆਪਾਂ, ਆਪਾਂ ਬੱਸ ਲੈਣੀ ਆ 36B ਜਾਂ 46 ਨੰਬਰ। ਲਓ ਜੀ, ਬੱਸ 'ਚ ਵੀ ਰੌਲਾ ਪੈ ਗਿਆ, ਅੱਜ ਰੌਲਿਆਂ ਦਾ ਦਿਨ ਹੀ ਹੈ। ਬੱਸ 'ਚ ਇੱਕ ਬੰਦਾ ਪਤਾ ਨਹੀਂ ਉਹਦਾ ਪੀਤੀ ਖਾਧੀ ਆ, ਉੱਤੋਂ ਡਿੱਗ ਪਿਆ ਵਿੱਚੀ, ਅਤੇ ਉਹ ਡਰਾਈਵਰ ਕਹਿੰਦਾ ਉੱਤਰ ਥੱਲੇ, ਅਤੇ ਉਹ ਕਹਿੰਦਾ ਵੀ ਨਹੀਂ ਮੈਂ ਵਿੱਚ ਹੀ ਜਾਣਾ, ਅਤੇ ਉਹਨੇ ਬੱਸ ਰੋਕਤੀ ਵਿਚਾਲੇ ਬਾਜ਼ਾਰ ਦੇ। ਹੁਣ ਆਈ ਆ ਪੁਲਿਸ, ਹੁਣ ਪੁਲਿਸ ਆਈ ਐਂਬੂਲੈਂਸ ਲੈ ਕੇ, ਐਂਬੂਲੈਂਸ ਦੀ ਆ। ਆਇਆ ਹੁਣ ਬੰਦਾ, ਉਹ ਹੁਣ ਇਹਨੂੰ ਲਾਊਗਾ, ਅਸੀਂ ਤਾਂ ਹੁਣ ਬਾਹਰ ਖੜ੍ਹੇ ਹਾਂ, ਸਾਰਾ ਪਿੱਛੇ ਤੱਕ ਜਾਮ ਲੱਗਿਆ ਪਿਆ। ਦੇਖੋ ਕੀ ਬਣਦਾ, ਬੱਸ ਵਾਲੇ ਨੇ ਫਿਰ ਕਾਲ ਕੀਤੀ ਤਾਂ ਐਂਬੂਲੈਂਸ ਆਈ ਆ। ਇਹਦੇ ਦੇਖੋ ਹੀ ਬੰਦਾ ਵਾ, ਉਹ ਲੈ ਕੇ ਫਸਟ ਏਡ ਅੰਦਰ ਵੜ ਗਿਆ ਹੁਣ ਬੱਸ ਦੇ ਵਿੱਚ, ਹੁਣ ਦੇਖੋ ਕੀ ਬਣਦਾ। ਬੱਸ ਬਾਈ ਬੰਦ ਹੋ ਗਈ ਆ, ਅਤੇ ਉਹ ਪਿੱਛੇ ਐਂਬੂਲੈਂਸ ਵੀ ਆ ਗਈ ਆ, ਉਹ ਐਂਬੂਲੈਂਸ ਲੈ ਲੂ ਕੇ ਜਾਣਗੇ। ਬੜਾ ਹੀ ਆ ਬਖੜਾ ਹੋਇਆ ਅੱਜ ਤਾਂ, ਉਹ ਵੀ ਪੂਰਾ ਕ੍ਰਾਈਮ ਸੀਨ ਬਣਾ ਕੇ ਦਿਖਾ ਰਿਹਾ, ਉਹਦੇ ਮੋਰ ਮੂਰ ਚੈੱਕ ਕਰੀ ਜਾਂਦਾ ਵਾ ਇੱਥੋਂ ਆ, ਉਹ ਫਿਰ ਡਿੱਗ ਕੇ ਦਿਖਾਇਆ ਉਹਨੇ ਫੇਰ ਉਵੇਂ ਹੀ, ਪੂਰਾ ਸੀਨ ਕ੍ਰੀਏਟ ਹੋ ਰਿਹਾ। ਉਹ ਸਮਾਨ ਜਿਹਾ ਕੱਢ ਲਿਆ ਬਾਈ, ਉਹਦੇ ਲੱਗ ਗਿਆ ਪੱਟੀਆਂ ਜਿਹੀਆਂ ਲਾਉਣ ਨੂੰ। ਐਂਬੂਲੈਂਸ ਆ ਗਈ ਆ, ਐਂਬੂਲੈਂਸ ਤਾਂ ਆ ਗਈ ਆ, ਅਤੇ ਹੁਣ ਦੇਖੋ ਕੀ ਬਣਦਾ, ਪੁੱਛ ਗਿੱਛ ਜੀ ਕਰੀ ਜਾਂਦੇ ਆ ਉਦੋਂ। ਜੇ ਹੁੰਦੀ ਆਪਣੇ ਕੋਈ ਜੁਝਾਰ ਵਾਲਿਆਂ ਦੀ ਬੱਸ, ਉਹਨਾਂ ਨੇ ਹੁਣ ਨੂੰ ਬੰਦਾ ਮਿੱਧੇ ਤੋਂ ਲੰਘ ਜਾਂਦੇ ਆ, ਉਦੋਂ ਕਹਿੰਦੇ ਆ ਚੱਕ ਲਿਓ ਪਿਆ ਇੱਥੇ। ਆਹ ਲੈ ਚੱਲੇ ਬੰਦੇ ਨੂੰ, ਆਹ ਲੈ ਚੱਲੇ, 46 ਨੰਬਰ ਆ ਗਈ, 46 ਨੰਬਰ ਉਹ ਆ ਗਈ ਪਿੱਛੇ, ਉਹ ਖੜੀ ਐਂਬੂਲੈਂਸ ਅਤੇ ਉਹ ਖੜੀ ਬੱਸ। ਹੁਣ ਨਵੀਂ ਬੱਸ ਆਈ ਆ, ਇਹਦੇ 'ਚ ਚੜ੍ਹੇ ਹਾਂ, ਹੁਣ ਇਹ ਲੈ ਕੇ ਜਾਊਗੀ। ਆਹ ਖੜੇ ਆ ਐਂਬੂਲੈਂਸ ਲਈ, ਬੜਾ ਚੱਕਰ ਆ, ਅੱਜ ਤਾਂ ਕੋਈ ਚੱਕਰ ਵਾਲਾ ਦਿਨ ਹੀ ਆ। ਲਓ ਜੀ, ਹਾਂਗਕਾਂਗ ਦੀ ਡਿਊਟੀ ਫਰੀ ਆ ਗਈ, ਚਾਈਨਾ ਲਈ ਆਪਣੀ ਇਮੀਗ੍ਰੇਸ਼ਨ ਹੋ ਗਈ, ਅਤੇ ਭੱਜ ਭੱਜ ਕੇ ਕਰਾਈ ਆ, ਟਾਈਮ ਵੀ ਥੋੜ੍ਹਾ ਹੀ ਆ। ਹੁਣ ਡਿਪਾਰਚਰ ਗੇਟ ਵੱਲ ਨੂੰ ਜਾਂਦੇ ਹਾਂ, ਬਹੁਤ ਜ਼ਿਆਦਾ ਰਸ਼ ਆ ਸਟੇਸ਼ਨ 'ਤੇ, ਅੱਜ ਤਾਂ ਬਹੁਤ ਭੱਜ ਨੱਠ ਹੋਈ ਹੈ। ਪਹਿਲਾਂ ਇਮੀਗ੍ਰੇਸ਼ਨ ਵਾਲਿਆਂ ਨੇ ਘੇਰ ਲਏ,
ਫਿਰ ਬੱਸ 'ਚ ਰੌਲਾ ਪੈ ਗਿਆ, ਬੱਸ ਖੜ੍ਹ ਗਈ, ਫਿਰ ਬੱਸ ਬਦਲੀ, ਇੰਨੇ ਚਿਰ 'ਚ ਟਾਈਮ ਨਿਕਲ ਗਿਆ। ਹੁਣ ਇੱਥੇ ਪਹੁੰਚੇ ਹਾਂ, ਹੁਣ ਦੇਖਦੇ ਹਾਂ ਕਿਉਂ ਗੇਟ ਵੱਲ ਨੂੰ ਜਾਂਦੇ ਹਾਂ। ਤੁਰੀ ਜਾਂਦੇ ਆ ਪਤੰਦਰ, ਅੱਧਾ ਪੌਣਾ ਘੰਟਾ ਹੋ ਗਿਆ, ਤੁਰੇ ਹੀ ਜਾਂਦੇ ਹਾਂ ਪਤਾ ਨਹੀਂ ਕਿੱਡਾ ਗਾ। ਲਓ ਜੀ, ਚਾਈਨਾ ਦੇ ਪਹਿਲੇ ਸ਼ਹਿਰ ਸ਼ੈਨਜਨ, ਸ਼ੈਨਜਨ ਦੇ ਆਪਾਂ ਫੁਟਿਨ ਰੇਲਵੇ ਸਟੇਸ਼ਨ 'ਤੇ ਪਹੁੰਚ ਗਏ ਹਾਂ ਅਤੇ ਹੁਣ ਥੱਲਿਓਂ ਟ੍ਰੇਨ ਤੋਂ ਉੱਤੇ ਆਏ ਹਾਂ। ਹੁਣ ਦੇਖਦੇ ਹਾਂ, ਜਾਣ ਦਾ ਹੀਲਾ ਕਰਦੇ ਹਾਂ ਵੀ ਟੈਕਸੀ ਲਈਏ, ਮੈਟਰੋ ਲਈਏ। ਓਏ ਉਹ ਸਟਾਰਬਕ ਖੁੱਲ੍ਹਿਆ ਪਿਆ ਇੱਥੇ, ਲੈ ਕਹਿੰਦੇ ਅਮਰੀਕਾ ਨਾਲ ਇਹਨਾਂ ਦੀ ਬਣਦੀ ਨਹੀਂ ਗੀ ਤਾਂ ਸਟਾਰਬਕ ਮੂਹਰੇ ਖੁੱਲ੍ਹਿਆ ਪਿਆ, ਹੋਰ ਕੁਛ ਨਹੀਂ ਆਇਆ, ਪਹਿਲਾਂ ਹੀ ਸਟਾਰਬਕ ਹੀ ਆਇਆ, ਕੋਈ ਕਰੰਸੀ ਸ਼ੋਪ ਨਹੀਂ ਆਈ, ਕੋਈ ਹੋਰ ਖਾਣ ਪੀਣ ਦੀ ਦੁਕਾਨ ਨਹੀਂ ਆਈ। ਇੱਕ ਆਪਾਂ ਵੇਖੀਏ ਏਟੀਐਮ ਅਤੇ ਇੱਕ ਵੇਖੀਏ ਟੈਕਸੀ ਸਰਵਿਸ ਕਿੱਥੋਂ ਜਾਂਦੀ ਆ। ਪਹਿਲਾਂ ਪੈਸੇ ਕਢਾਈਏ ਯਾਰ, ਹੈਂ ਹੈਗਾ ਇੱਕ ਯੂ ਸਟੇਸ਼ਨ ਵੈਲਕਮ ਟੂ ਪੁਟਿਨ ਦੇਖਦੇ ਹਾਂ ਇੱਥੇ ਕੀ ਆ, ਜਾਣਕਾਰੀ ਕੀ ਦਿੰਦੇ ਆ, ਇਹ ਪੁੱਛਦੇ ਹਾਂ ਇਹਨਾਂ ਨੂੰ। ਸਟੇਸ਼ਨ ਯਾਰ ਖੁੱਲ੍ਹਾ ਵੇਖ ਤੂੰ ਕਿੰਨਾ, ਹੈ ਨਾ। ਅੱਛਾ ਇਹ ਨਹੀਂ, ਇੱਕ ਗੱਲ ਇਹ ਨਹੀਂ ਗੀ ਵੀ ਮਤਲਬ ਇੱਧਰ ਨੂੰ ਆ ਜਾਂ ਉੱਧਰ ਨੂੰ ਆ, ਸਾਰੇ ਪਾਸੇ ਨੂੰ ਹੀ ਐਡੇ ਐਡੇ ਜਾਂਦਾ ਰਾਹ, ਹੈ ਨਾ। ਹਾਂ ਉਹ ਏਟੀਐਮ ਲੱਗਦੇ ਆ ਬਾਈ, ਨਹੀਂ ਉਹ ਵੀ ਆਟੋਮੈਟਿਕ ਟਿਕਟਿੰਗ ਮਸ਼ੀਨ ਹੀ ਹੈ। ਹੈਂ ਕਿੱਥੇ ਪੁਲਿਸ ਦੀ ਗੱਡੀ ਪੈਟਰੋਲ ਕਰਦੀ ਜਾਂਦੀ ਆ, ਆਟੋਮੈਟਿਕ ਟਿਕਟਿੰਗ ਮਸ਼ੀਨ ਆ ਬਾਈ, ਟਿਕਟਿੰਗ ਏਟੀਐਮ ਨਹੀਂ ਗੇ। ਕਿੱਥੇ ਪਈ ਆ, ਉਹ ਵੀ ਟਿਕਟਿੰਗ ਲਿਖਿਆ ਵਾ, ਹੈਂ ਉਹ ਜਿਹੜੀ ਪਈ ਆ, ਉਹ ਕੀ ਪਤਾ ਕਾਹਦੀ ਹੋਊ ਥੋੜ੍ਹੀ ਇਹਨਾਂ ਦੀ, ਹੈਂ ਉਹ ਲੈ KFC ਵੀ ਆ ਗਿਆ। ਕਹਿੰਦੇ ਯਾਰ ਇਹਨਾਂ ਦੀ ਬਣਦੀ ਨਹੀਂ ਗੀ, ਇਹ ਤਾਂ KFC ਸਟਾਰਬਕ ਪਹਿਲਾਂ ਆ ਗਏ ਸਾਰਿਆਂ ਨੂੰ, ਉਹੀ ਆ ਉਹਨਾਂ ਦਾ ਹੀ ਆ ਏਟੀਐਮ ਮਸ਼ੀਨ ਲੱਗਦੀ ਹੈ। ਲਓ ਜੀ, ਅੱਜ ਦੀ ਲੰਮੀ ਖੱਜਲ ਖੁਆਰੀ ਤੋਂ ਬਾਅਦ ਆਪਾਂ ਸ਼ੈਨਜਨ ਪਹੁੰਚ ਗਏ, ਬਹੁਤ ਔਖੇ ਪਹੁੰਚੇ ਹਾਂ, ਕੋਈ ਸੌਖੇ ਨਹੀਂ ਗੇ ਪਹੁੰਚੇ। ਪਹਿਲਾਂ ਜਿਵੇਂ ਤੁਸੀਂ ਦੇਖਿਆ ਹੀ ਆ ਵੀ ਪਹਿਲਾਂ ਆਪਾਂ ਇਮੀਗ੍ਰੇਸ਼ਨ ਵਾਲਿਆਂ ਨੇ ਬਹੁਤ ਖੱਜਲ ਕੀਤਾ, 2-2.5 ਘੰਟੇ ਉਹਨਾਂ ਨੇ ਖਰਾਬ ਕਰਤੇ। ਫਿਰ ਉਸ ਤੋਂ ਬਾਅਦ ਆਪਾਂ ਉੱਥੋਂ ਜਦੋਂ ਸ਼ੰਘਾਈ ਸਟਰੀਟ ਤੋਂ ਬੱਸ ਲਈ ਕੂਬਲੂਨ ਸਟੇਸ਼ਨ ਦੇ ਲਈ, ਤਾਂ ਹੀ ਅਸੀਂ ਸਟੇਸ਼ਨ 'ਤੇ ਤੁਹਾਨੂੰ ਕੋਈ ਜ਼ਿਆਦਾ ਸੀਨ ਨਹੀਂ ਦਿਖਾ ਸਕੇ। ਉਹਦਾ ਕਾਰਨ ਇਹ ਸੀਗਾ ਵੀ ਟਾਈਮ ਤਾਂ ਅਸੀਂ ਬਹੁਤ ਰੱਖ ਕੇ ਚੱਲੇ ਸੀਗੇ ਅਤੇ ਰਸਤੇ ਦੇ ਵਿੱਚ ਉਹ ਬੱਸ ਵਾਲਾ ਇੰਸੀਡੈਂਟ ਹੋ ਗਿਆ ਅਤੇ ਉਹ ਬੱਸ ਦੇ ਵਿੱਚ ਇੱਕ ਬੰਦਾ ਨੀਚੇ ਡਿੱਗ ਪਿਆ ਅਤੇ ਉਹਦੇ ਸੱਟ ਲੱਗ ਗਈ। ਸੱਟ ਤਾਂ ਕਾਹਦੀ ਲੱਗੀ, ਉਹ ਵੈਸੇ ਹੀ ਬੱਸ ਪਤਾ ਨਹੀਂ ਕਾਹਤੋਂ ਪਖੰਡ ਜੇ ਕਰਦਾ ਸੀਗਾ ਅਤੇ ਉਹਦੇ ਕਰਕੇ ਉੱਥੇ ਟਾਈਮ ਬਹੁਤ ਖਰਾਬ ਹੋ ਗਿਆ, ਬੱਸ ਬਦਲਣੀ ਪਈ, ਕੁਛ ਖੜ੍ਹੇ ਰਹੇ ਅਤੇ ਸਟੇਸ਼ਨ 'ਤੇ ਮਸਾਂ ਭੱਜ ਭੱਜ ਕੇ ਹੀ ਟ੍ਰੇਨ ਚੜ੍ਹੇ ਹਾਂ। ਜਾਣੀ 2 ਮਿੰਟ, ਸਿਰਫ 2 ਮਿੰਟ ਰਹਿ ਗਏ ਸੀਗੇ ਜਦੋਂ ਨੂੰ ਅਸੀਂ ਟ੍ਰੇਨ ਦੇ ਵਿੱਚ ਬੈਠੇ ਅਤੇ ਟ੍ਰੇਨ ਮੂਵ ਹੋ ਗਈ ਚੱਲ ਪਈ ਉਹਦੀ। ਜੇਕਰ ਅਸੀਂ ਉਹ ਟਾਈਮ 'ਤੇ ਨਾ ਬਹਿੰਦੇ, ਉੱਥੇ ਨਾ ਰਹਿੰਦੇ ਤਾਂ ਟ੍ਰੇਨ ਲੰਘ ਜਾਣੀ ਸੀਗੀ ਅਤੇ ਟ੍ਰੇਨ ਦੇ ਵਿੱਚ ਸੀਨ ਤਾਂ ਨਹੀਂ ਜ਼ਿਆਦਾ ਕੋਈ ਕ੍ਰੀਏਟ ਕਰ ਸਕੇ ਜਾਂ ਸ਼ੂਟ ਕਰ ਸਕੇ। ਕੇਵਲ 14 ਮਿੰਟ ਦੇ ਵਿੱਚ ਉਹਨੇ ਹਾਂਗਕਾਂਗ ਤੋਂ ਸਾਨੂੰ ਸ਼ੈਨਜਨ ਪਹੁੰਚਾਤਾ ਅਤੇ ਸਟੇਸ਼ਨ 'ਤੇ ਉੱਤਰ ਕੇ ਫਿਰ ਜਿਹੜੀ ਖੱਜਲ ਖੁਆਰੀ ਹੋਈ ਉਹ ਤੁਸੀਂ ਦੇਖ ਲੈਣਾ। ਨਾ ਤਾਂ ਇੱਥੇ ਕੋਈ ਏਟੀਐਮ ਮਸ਼ੀਨ ਚੱਲਦੀ ਸੀਗੀ, ਕੋਈ ਏਟੀਐਮ ਚੱਲਦੀ ਨਹੀਂ, ਏਟੀਐਮ ਮਸ਼ੀਨ ਸਟੇਸ਼ਨ 'ਤੇ ਹੈ ਹੀ ਨਹੀਂ ਗੀ।
ਤੇ ਸਾਡੇ ਕੋਲ US ਡਾਲਰ ਸੀ, ਹਾਂਗਕਾਂਗ ਡਾਲਰ ਸੀ, ਮਕਾਓ ਡਾਲਰ ਸੀ। ਅਸੀਂ KFC ਤੇ ਆਰਡਰ ਵੀ ਕੀਤਾ ਖਾਣ ਪੀਣ ਨੂੰ, ਪਰ ਉਹਨਾਂ ਨੇ ਕੋਈ ਸਾਥੋਂ ਨਹੀਂ ਲਿਆ, ਨਾ ਹਾਂਗਕਾਂਗ ਲਿਆ ਨਾ US ਲਿਆ। ਤੇ ਇੰਨੇ ਥੱਕ ਟੁੱਟ ਗਏ ਸੀਗੇ, ਸਵੇਰ ਦਾ ਕੁਛ ਖਾਧਾ ਨਹੀਂ ਸੀਗਾ, ਬੁਰਾ ਹਾਲ ਹੋਇਆ ਪਿਆ ਸੀਗਾ। ਫਿਰ ਅਸੀਂ ਸੋਚਿਆ ਵੀ ਚਲੋ ਕਿਉਂ ਨਾ ਹੁਣ ਆਪਾਂ ਚੱਲੀਏ, ਅਤੇ ਵੀਡੀਓ ਬਣਾਉਣ ਨੂੰ ਬਿਲਕੁਲ ਜੀ ਨਹੀਂ ਕਰਦਾ ਸੀਗਾ। ਫਿਰ ਅਸੀਂ ਉੱਥੋਂ ਟੈਕਸੀ ਲੈ ਲਈ ਤਾਂ ਜਦੋਂ ਟੈਕਸੀ ਲੈ ਕੇ ਹੋਟਲ ਪਹੁੰਚੇ ਤਾਂ ਹੋਟਲ ਵਾਲੇ ਦੇ ਮੂਹਰੇ ਅੱਗੇ ਟੈਕਸੀ ਵਾਲਾ ਕਹਿੰਦਾ ਵੀ ਲਿਆਓ ਦਿਓ ਪੈਸੇ, ਅਤੇ ਪੈਸੇ ਕਿੱਥੋਂ ਦੇਣੇ ਸੀਗੇ, ਪੈਸੇ ਹੈ ਹੀ ਨਹੀਂ ਸੀਗੇ ਕੋਲ। ਅਸੀਂ ਉਹਨੂੰ ਕਿਹਾ ਹਾਂਗਕਾਂਗ ਡਾਲਰ ਲੈ ਲਾ, ਉਹ ਕਹਿੰਦਾ ਨਹੀਂ ਹਾਂਗਕਾਂਗ ਡਾਲਰ ਨਹੀਂ ਲੈਣੇ, US ਡਾਲਰ ਲੈ ਲਾ, ਉਹ ਕਹਿੰਦਾ ਨਹੀਂ ਲੈਣੇ। ਅਖੀਰ ਨੂੰ ਫਿਰ ਅਸੀਂ ਉਹਨੂੰ ਕਿਹਾ ਵੀ ਚੱਲ ਯਾਰ ATM 'ਤੇ ਲੈ ਕੇ ਚੱਲ ਕਿਸੇ 'ਤੇ, ਅਤੇ ਉਹ ਸਾਨੂੰ ਸ਼ਹਿਰ ਦੇ ATM 'ਤੇ ਲੈ ਗਿਆ। ਇੱਕ 'ਤੇ ਗਏ, ਕਾਰਡ ਨਹੀਂ ਚੱਲਿਆ, 2 'ਤੇ ਗਏ, ਨਾ ਚੱਲਿਆ ਕਾਰਡ। ਅਖੀਰ ਨੂੰ ਫਿਰ ਅਸੀਂ 3 ATM 'ਤੇ ਗਏ, ਨਹੀਂ ਚੱਲਿਆ। ਅਖੀਰ ਨੂੰ ਮੁੜਿਆ ਜੀ, ਆ ਕੇ ਹੋਟਲ ਫਿਰ ਮੁੜ ਕੇ ਆ ਕੇ ਅਸੀਂ ਉਹਨੂੰ ਕਿਹਾ ਵੀ ਰਿਸੈਪਸ਼ਨ ਵਾਲੇ ਨੂੰ ਵੀ ਯਾਰ ਤੂੰ ਇਹਨੂੰ ਪੈਸੇ ਦੇ ਅਤੇ ਇਹਦਾ ਖਹਿੜਾ ਛਡਾ ਅਤੇ ਜਾਵੇ ਵਿਚਾਰਾ। ਉਹਨੇ ਫਿਰ ਆਪਦੇ ਕੋਲੋਂ ਦਿੱਤੇ। ਜਦੋਂ ਅਸੀਂ ਹੋਟਲ 'ਚ ਚੈੱਕ ਇਨ ਕਰਨ ਲੱਗੇ, ਉਹ ਕਹਿੰਦੇ ਤੁਹਾਡੀ ਪੇਮੈਂਟ ਤਾਂ ਪ੍ਰੀ ਹੋਈ ਵੀ ਆ ਪੇਡ, ਪਰ ਸਾਨੂੰ ਸਿਕਿਉਰਿਟੀ ਵਜੋਂ 300 RMB ਦਿਓ। ਅਸੀਂ ਕਿਹਾ ਸਾਡੇ ਕੋਲ ਕੁਛ ਨਹੀਂ ਗਾ, ਅਸੀਂ ਮਨੀ ਚੇਂਜ ਕਰਾਉਣੀ ਆ, ਹਲੇ US ਡਾਲਰ ਹੈਗੇ ਆ। ਚਲੋ ਅਸੀਂ ਸਿਕਿਉਰਿਟੀ ਵਜੋਂ ਉਹਨੂੰ 100 US ਡਾਲਰ ਦੇ ਤਾ ਅਤੇ ਅਸੀਂ ਚੈੱਕ ਇਨ ਕਰ ਲਿਆ। ਅਤੇ ਫਿਰ ਧੰਨਵਾਦ ਕਰਦੇ ਹਾਂ ਅਸੀਂ ਆਪਦੇ ਦੋਸਤਾਂ ਮਿੱਤਰਾਂ ਦਾ, ਸਨੀ ਦਾ, ਵੀਰ ਦਾ। ਅਸੀਂ ਉਹਨੂੰ ਆਸਟ੍ਰੇਲੀਆ ਮੈਂ ਫੋਨ ਕੀਤਾ, ਉਹਦੇ ਲਿੰਕ ਸੀਗੇ ਅਤੇ ਉਹਨੇ ਵਿਚਾਰੇ ਨੇ ਕੋਈ ਸਮਾਂ ਨਹੀਂ ਲਾਇਆ। ਉਹਨੇ 10-15 ਮਿੰਟਾਂ ਦੇ ਵਿੱਚ ਕਿਸੇ ਜਾਣਕਾਰ ਸੀਗੀ ਕੋਈ ਫੈਮਿਲੀ ਉਹਨਾਂ ਦੀ, ਉਹਨੂੰ ਕਿਹਾ, ਉਹ ਲੇਡੀ ਸਾਡੇ ਕੋਲ ਆਈ ਅਤੇ ਉਹ ਸਾਨੂੰ US ਡਾਲਰ ਸਾਡੇ ਕੋਲ ਲੈ ਗਈ ਅਤੇ ਲੋਕਲ ਕਰੰਸੀ ਦੇ ਗਈ। ਮਤਲਬ ਕਿ ਚਾਈਨਾ ਦੇ ਵਿੱਚ ਹਰ ਬੰਦਾ ਤਾਂ ਹੀ ਆਉਣ ਤੋਂ ਡਰਦਾ, ਇੱਕ ਤਾਂ ਲੈਂਗੁਏਜ ਨਹੀਂ ਆਉਂਦੀ ਕਿਸੇ ਵੀ ਕਿਸਮ ਦੀ, ਕੋਈ ਮਤਲਬ ਚਾਈਨੀਜ਼ ਲੈਂਗੁਏਜ ਚੱਲਣੀ ਆ, ਹੋਰ ਕੋਈ ਲੈਂਗੁਏਜ ਨਹੀਂ ਚੱਲ ਰਹੀ ਇੱਥੇ। ਦੂਜਾ, ਤੁਹਾਡੇ ਕੋਲ US ਡਾਲਰ ਹੋਣ ਜਾਂ ਕਿਸੇ ਹੋਰ, ਉਹ ਕਰੰਸੀ ਦਾ ਕੋਈ ਫਾਇਦਾ ਨਹੀਂ। ਕੋਈ ਮਨੀ ਚੇਂਜਰ ਨਹੀਂ ਬਾਜ਼ਾਰ 'ਚ, ਕੋਈ ਬੈਂਕ ਨਹੀਂ ਮਨੀ ਚੇਂਜ ਕਰਦੀ। ਮਨੀ ਚੇਂਜਰ ਤੁਹਾਨੂੰ ਮਿਲਣਗੇ ਏਅਰਪੋਰਟ 'ਤੇ, ਜਾਂ ਕੋਈ ਸਪੈਸ਼ਲ ਕਿਸੇ ਦਾ ਲਾਇਸੈਂਸ ਲਿਆ ਵਾ ਆਪਣੇ ਮੂਹਰੇ ਵੀ ਜਗ੍ਹਾ ਜਗ੍ਹਾ ਬੈਠੇ ਆ। ਇਹ ਪ੍ਰੋਬਲਮ ਆ ਗਈ। ਤੀਜੀ ਪ੍ਰੋਬਲਮ ਤੁਹਾਨੂੰ ਇਹ ਆਈ ਹੈ ਜੀ, ਉੱਥੇ ਸਾਨੂੰ ਬਈ ਜਿਹੜੇ ਵੀ ਮਰਜ਼ੀ ਬੰਦੇ ਨਾਲ ਗੱਲ ਕਰ ਲਓ, ਟੈਕਸੀ ਵਾਲੇ ਨਾਲ ਗੱਲ ਕਰ ਲਓ, ਕਿਸੇ ਨਾਲ ਗੱਲ ਕਰ ਲਓ, ਉਹਨੂੰ ਬੰਦੇ ਨੂੰ ਤੁਹਾਡਾ ਕੁਛ ਸਮਝ ਨਹੀਂ ਆਉਣੀ ਗੀ, ਤੁਸੀਂ ਮਾਰੀ ਚੱਲੋ ਭਗਾਈ ਸਾਡੇ। ਅੱਛਾ, ਚੌਥੀ ਪ੍ਰੋਬਲਮ ਇਹ ਆ, ਨਾ ਗੂਗਲ ਚੱਲਦਾ, ਨਾ ਪਲੇ ਸਟੋਰ ਚੱਲਦਾ, ਨਾ ਐਪ ਮੈਪ ਚੱਲਦਾ, ਕੁਛ ਵੀ ਨਹੀਂ ਚੱਲਦਾ। ਹਾਲਾਂਕਿ ਮੇਰੇ ਫੋਨ ਦੇ ਵਿੱਚ ਚੱਲਦਾ ਸੀਗਾ, ਪਰ ਮੈਪ ਚਲਾ ਕੇ ਤੁਸੀਂ ਕੀ ਕਰੋਗੇ, ਉੱਥੋਂ ਦਾ ਗੂਗਲ ਮੈਪ ਅਪਡੇਟਡ ਹੀ ਨਹੀਂ ਗਾ, ਉਹਨਾਂ ਨੇ ਬੰਦ ਕੀਤਾ ਵਾ। ਅਤੇ ਫਿਰ ਮਤਲਬ ਕਿ ਕੁੱਲ ਮਿਲਾ ਕੇ ਇਹ ਖੱਜਲ ਖੁਆਰੀਆਂ ਨਾਲ ਭਰਿਆ ਵਾ ਦਿਨ ਸੀਗਾ। ਮਕਾਓ ਤੋਂ ਚੱਲੇ ਇਮੀਗ੍ਰੇਸ਼ਨ ਨਾਲ 2 ਘੰਟੇ ਪੇਚਾ ਪੈ ਗਿਆ, ਫਿਰ ਰਸਤੇ 'ਚ ਬੱਸ 'ਚ ਬੰਦਾ ਡਿੱਗ ਪਿਆ, ਉਹ ਕੰਮ ਖਰਾਬ ਹੋ ਗਿਆ। ਉਤਰਦਿਆਂ ਨੂੰ ਤੁਹਾਡੇ ਕੋਲ ਪੈਸੇ ਨਹੀਂ ਗਏ, ਖਾਧਾ ਤੁਸੀਂ ਸਵੇਰ ਦਾ ਬ੍ਰੇਕਫਾਸਟ ਵੀ ਨਹੀਂ ਚੱਜ ਨਾਲ ਕੀਤਾ ਵਾ, ਉਹੀ ਆ। ਅਤੇ ਸ਼ਾਮ ਦੇ 7 ਵੱਜ ਗਏ ਅਤੇ ਹੋਟਲ ਵਾਲਾ ਤੁਹਾਨੂੰ ਚੈੱਕ ਇਨ ਨਹੀਂ ਦੇ ਰਿਹਾ, ਪੈਸੇ ਤੁਹਾਡੇ ਕੋਲ ਹੈ ਨਹੀਂ, ATM ਚੱਲ ਨਹੀਂ ਰਿਹਾ। ਅਤੇ ਅਗਲੇ ਬਲੌਗ ਤੁਹਾਨੂੰ ਦੱਸਾਂਗੇ ਅਸੀਂ ATM ਵੀ ਚਲਾਇਆ, ATM ਵੀ ਵਰਕ ਕੀਤਾ, ਕਿਹੜਾ ATM ਚੱਲਿਆ, ਕਿੱਥੇ ਚੱਲਿਆ, ਉਹ ਵੀ ਦੱਸਾਂਗੇ। ਫਿਰ ਅਸੀਂ ਉੱਥੇ ਇੰਨੇ ਦਿਨ ਹਫ਼ਤਾ ਰਹੇ ਹਾਂ ਚਾਈਨਾ ਦੇ ਵਿੱਚ, ਅਗਲੇ ਆਉਣ ਵਾਲੇ ਦਿਨ ਅਸੀਂ ਕਿਵੇਂ ਕੱਢੇ, ਕੀ ਕੁਛ ਕੀਤਾ, ਕਿਵੇਂ ਪੇਮੈਂਟ ਕਰਦੇ ਸੀਗੇ, ਕਿਵੇਂ ਲੋਕਾਂ ਦੀ ਬੋਲੀ ਸਮਝਣ ਲੱਗੇ, ਕਿਵੇਂ ਅਸੀਂ ਮੈਟਰੋ ਲੈ ਕੇ ਅਸੀਂ ਉੱਥੋਂ ਦਾ ਸਾਰਾ ਆਲਾ ਦੁਆਲਾ ਘੁੰਮੇ। ਇਹ ਨਹੀਂ ਕੋਈ ਅਸੀਂ ਚੀਜ਼ ਛੱਡੀ ਇੱਕ ਦਿਨ ਦੀ ਖੱਜਲ ਖੁਆਰੀ ਦੇ ਨਾਲ, ਬਾਕੀ ਦਿਨ ਅਸੀਂ ਸੌਖੇ ਕੱਢੇ ਆ। ਉਹ ਕਿਵੇਂ ਕੱਢੇ ਆ,
ਤੁਹਾਨੂੰ ਆਉਣ ਵਾਲੇ ਵਲੌਗ ਦੇ ਵਿੱਚ ਪਤਾ ਲੱਗੂਗਾ। ਸੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਘੰਟੀ ਵਾਲਾ ਬਟਨ ਦੱਬ ਦਿਓ, ਲਾਈਕ ਅਤੇ ਸ਼ੇਅਰ ਵੀ ਕਰਿਓ, ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦੀ ਲੱਗੀ ਜਾਣਕਾਰੀ, ਤਾਂ ਕਿ ਆਉਣ ਵਾਲੇ ਵਲੌਗਾਂ ਦੇ ਵਿੱਚ ਅਸੀਂ ਹੋਰ ਵੀ ਡੂੰਘਾਈ ਨਾਲ ਜਾਣਕਾਰੀ ਦੇ ਸਕੀਏ। ਸੋ ਧੰਨਵਾਦ, ਹੁਣ ਸਾਡੇ ਸਫ਼ਰ ਦੇ ਨਾਲ ਤੁਸੀਂ ਜੁੜੇ ਰਹੋ। ਚਾਈਨਾ ਦੇ ਆਉਣ ਵਾਲੇ ਸ਼ਹਿਰ, ਤੁਹਾਨੂੰ ਸ਼ਹਿਰ ਵੱਡੇ ਸ਼ਹਿਰ ਵੀ ਜਾਣਾ, ਇਸ ਸ਼ੈਨਜਨ ਸ਼ਹਿਰ 'ਚ ਵੀ ਰਹਾਂਗੇ, ਗੋਂਗਜੋਂਗ ਵੀ ਜਾਵਾਂਗੇ, ਫੋਸ਼ਨ ਸ਼ਹਿਰ ਵੀ ਜਾਵਾਂਗੇ, ਇੰਡਸਟਰੀਅਲ ਹੱਬ ਵੀ ਦਿਖਾਵਾਂਗੇ, ਇੰਡਸਟਰੀਅਲ ਨਾਲ ਕਿਹੜੀ ਕਿਹੜੀ ਇੰਡਸਟਰੀ ਦੇ ਵਿੱਚ ਜਾਂਦੇ ਹਾਂ ਅਤੇ ਉਹਨੂੰ ਡੂੰਘਾਈ ਨਾਲ ਤੁਹਾਨੂੰ ਦਿਖਾਵਾਂਗੇ ਕੀ ਹੈਗਾ ਉੱਥੇ ਅਤੇ ਕਿਵੇਂ। ਅੱਛਾ, ਦੂਜੀ ਗੱਲ ਖਾਣੇ ਦੀ ਪ੍ਰੋਬਲਮ ਆ, ਖਾਣੇ ਬਾਰੇ ਵੀ ਦੱਸਾਂਗੇ ਵੀ ਕਿਹੜਾ ਇੰਡੀਅਨ ਖਾਣਾ ਕਿੱਥੇ ਮਿਲਦਾ, ਕਿਵੇਂ ਮਿਲਦਾ, ਕੀ ਲੈਣਾ, ਕੀ ਕਰਨਾ, ਸਭ ਕੁਛ ਮਿਲਦਾ, ਸਾਰਾ ਕੁਛ ਆ। ਅਸੀਂ ਇਸ ਸ਼ਹਿਰ ਦੇ ਵਿੱਚ ਵੀ ਇੰਡੀਅਨ ਖਾਣਾ ਲੱਭ ਲਿਆ ਅਤੇ ਵਾਧੂ ਸਮਾਨ ਮਿਲਦਾ, ਕੋਈ ਇਹੋ ਜਿਹੀ ਦਿੱਕਤ ਨਹੀਂ। ਪਰ ਚਾਈਨਾ ਨੂੰ ਹਰੇਕ ਬੰਦਾ ਮੂੰਹ ਨਹੀਂ ਕਰਦਾ ਆਉਣ ਨੂੰ, ਅਤੇ ਮੂੰਹ ਮੋੜ ਵੀ ਦਿੰਦੇ ਆ ਇਹ, ਕਿਉਂਕਿ ਇੱਥੋਂ ਦਾ ਸਿਸਟਮ ਹੀ ਹੋਰ ਤਰ੍ਹਾਂ ਦਾ। ਸੋ ਕਿਰਪਾ ਕਰਕੇ ਜੁੜੇ ਰਹੋ, ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ। ਧੰਨਵਾਦ, ਅੱਜ ਦਾ ਬਲੌਗ ਆਪਣਾ ਹੁਣ ਇੱਥੇ ਹੀ ਸਮਾਪਤ ਹੁੰਦਾ। ਪਿਛਲਾ ਬਲੌਗ ਵੀ ਥੋੜ੍ਹਾ ਛੋਟਾ ਸੀ, ਇਹ ਵੀ ਛੋਟਾ, ਕਾਰਨ ਇਹ ਆ ਵੀ ਖੱਜਲ ਖੁਆਰੀ ਹੋਣ ਕਰਕੇ ਲੰਮਾ ਬਲੌਗ ਨਹੀਂ ਬਣਾ ਸਕੇ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ।